ਪਹਿਲਾਂ ਤਾਂ ਚੋਰ ਅਕਸਰ ਰਾਤ ਨੂੰ ਆਪਣੇ ਸ਼ਿਕਾਰ ਨੂੰ ਨਿਸ਼ਾਨਾ ਬਣਾਉਂਦੇ ਸਨ, ਪਰ ਹੁਣ ਦਿਨ ਦਿਹਾੜੇ ਸੀਸੀਟੀਵੀ ਕੈਮਰਿਆਂ ਦੇ ਸਾਹਮਣੇ ਚੋਰ ਚੋਰੀ ਕਰਨ ਤੋਂ ਵੀ ਨਹੀਂ ਡਰ ਰਹੇ ਅਤੇ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਨਾ ਤਾਂ ਕਾਨੂੰਨ ਦਾ ਡਰ, ਨਾ ਫੜੇ ਜਾਣ ਦਾ ਡਰ ਅਤੇ ਨਾ ਹੀ ਲੋਕਾਂ ਦਾ ਡਰ ਇਹਨਾਂ ਨੂੰ ਨਜ਼ਰ ਆਉਂਦਾ। ਅਜਿਹੀ ਹੀ ਇੱਕ ਚੋਰੀ ਦਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਮੂੰਹ ਤੇ ਰੁਮਾਲ ਬੰਨ੍ਹ ਕੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਦੁਕਾਨ ਦੇ ਵਿੱਚ ਰੱਖਿਆ ਲੈਪਟਾਪ ਅਤੇ ਕੈਸ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਇੱਥੇ ਤਾਂ ਸਰ ਇੰਨੀਆਂ ਵਾਰਦਾਤਾਂ ਹੁੰਦੀਆਂ ਨਾ, ਇੱਕ ਵਾਰ ਦਾ ਤਾਂ ਸਾਡੀ ਦਿਨੇ ਦੁਪਹਿਰੇ ਹੋ ਗਈ ਹੈ ਨਾ, ਇੱਥੋਂ ਤੁਸੀਂ ਪਰੂਫ ਲਾ ਸਕਦੇ ਹੋ ਕਿ ਜਿਹੜੀਆਂ ਦਿਨੇ ਦੁਪਹਿਰੇ ਵਾਰਦਾਤਾਂ ਹੁੰਦੀਆਂ ਅਤੇ ਰਾਤ ਕਿੱਦਾਂ ਇਹ ਵਾਰਦਾਤਾਂ ਨਾ ਕਰਦੇ ਹੋਣਗੇ। ਇਹ ਪਿੰਡ ਦੇ ਵਿੱਚ ਆਹ ਮਹੀਨੇ ਦੇ ਵਿੱਚ 5-7 ਵਾਰਦਾਤਾਂ ਹੋ ਗਈਆਂ ਵਾ ਲਗਾਤਾਰ। ਇਹਦੇ ਪਿੱਛੇ ਕੋਈ ਪ੍ਰਸ਼ਾਸਨ ਕੋਈ ਖੇਦਾ ਹੱਥ ਹੋਊਗਾ ਕਿ ਵਾਰਦਾਤਾਂ ਹੁੰਦੀਆਂ, ਖੇਦਾ ਕੋਈ ਤਗੜੀ ਪਾਰਟੀ ਦਾ ਮਗਰ ਹੱਥ ਹੋਊਗਾ ਕਿ ਵਾਰਦਾਤਾਂ ਕਰਦੇ ਆ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਇੱਥੇ ਪੁਲਿਸ ਤਾਂ ਜੀ ਆਉਂਦੀ ਆ ਆਪਣਾ ਵੇਖ ਜੇ ਹੋ ਕੇ ਚੱਲ ਜਾਂਦੀ ਆ, ਨਾ ਮੁੜ ਕੇ ਕੋਈ ਕਾਰਵਾਈ ਹੋਣ ਦੀ ਨਾ ਕੋਈ ਗੱਲ ਨਾ ਕੋਈ ਬਾਤ। ਅਸੀਂ ਇੱਥੇ ਕਹਿਣਾ ਚਾਹੁੰਦੇ ਕਿ ਇੱਥੇ ਇਨਸਾਫ ਮਿਲੇ, ਆਹ ਚੋਰੀ ਨੂੰ ਰੋਕਿਆ ਜਾਵੇ, ਆਹ ਜਿੰਨੀ ਗੁੰਡਾਗਰਦੀ ਉੱਧਰ ਉੱਧਰ ਹੀ ਹੁੰਦੀ ਆ ਇਹਨੂੰ ਰੋਕਿਆ ਜਾਵੇ। ਇੱਥੇ ਪੁਲਿਸ ਦਾ ਪਹਿਰਾ ਇੱਕ ਦੋ ਵਾਰੀ ਗਏ ਇਹਨਾਂ ਦੀ ਆਉਣਾ ਚਾਹੀਦਾ, ਗਸ਼ਤੀ ਕਰਨੀ ਚਾਹੀਦੀ ਹੈ ਪਿੰਡ ਦੇ ਵਿੱਚ। ਇਹ ਪਿੰਡ ਵਿੱਚ ਕਾਫੀ ਵਾਰਦਾਤਾਂ ਹੋ ਰਹੀਆਂ ਵਾ, ਦੂਜੇ ਚੌਥੇ ਦਿਨ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਆ, ਅਤੇ ਹੁਣ ਫਿਰ ਆ ਵੇਖ ਲਓ ਵਾਰਦਾਤ ਹੋ ਗਈ ਆ ਅਤੇ ਪੁਲਿਸ ਕੋਲ ਜਾਂਦੇ ਹਾਂ, ਪੁਲਿਸ ਕੋਈ ਐਡੀ ਵੱਡੀ ਕਾਰਵਾਈ ਨਹੀਂ ਕਰਨ ਰਹੀ ਹੈਗੀ। ਬਾਕੀ ਸਾਡੀ ਇਹ ਮੰਗ ਆ ਵੀ ਇੱਕ ਤਾਂ ਪਿੰਡ ਮੋੜ ਵਿੱਚ ਨਾਕਾ ਲਾਇਆ ਜਾਵੇ ਔਲਖ ਮੋੜ 'ਤੇ, ਇੱਕ ਪਿੰਡ ਵਿੱਚ ਗਸ਼ਤ ਕੀਤੀ ਜਾਵੇ। ਮੈਂ ਇੱਥੇ ਦੁਕਾਨ 'ਤੇ ਮਤਲਬ ਘਰ ਨਾਲ ਮੈਂ ਦੁਕਾਨ ਹੈ ਮੇਰੀ, ਇੱਥੇ ਮੈਂ ਰਹਿੰਦਾ। ਮੇਰੇ 24 ਤਰੀਕ ਨੂੰ ਕੱਲ੍ਹ ਦੁਪਹਿਰੇ 1 ਵਜੇ ਮਤਲਬ 2 ਬੰਦੇ ਆਏ ਜੋ ਸਮਾਨ ਇੱਥੋਂ ਚੋਰੀ ਕਰਕੇ ਚਲੇ ਗਏ। ਅਸੀਂ ਇੱਥੇ ਲਾਗੇ ਲੈਂਟਰ ਪੈ ਰਹੇ, ਉੱਥੇ ਰਹਿ ਰਹੇ ਸੀ। ਜਦੋਂ ਆਣ ਕੇ ਆਪਾਂ ਦੇਖਿਆ ਤਾਂ ਸਾਡੇ ਚੋਰੀ ਹੋਈ, ਤਾਂ ਅਸੀਂ ਕੈਮਰੇ ਲੱਗੇ ਹੋਏ ਸੀ, ਦੇਖਿਆ ਕਿ 2 ਬੰਦੇ ਇੱਥੇ ਚੋਰੀ ਕਰਕੇ ਗਏ ਆ। ਅਸੀਂ ਇੱਥੋਂ ਤੁਰੰਤ ਜਾ ਕੇ ਹਰਚੋਲ ਚੌਂਕੀ ਰਿਪੋਰਟ ਦੇਣ ਗਏ ਕਿ ਸਾਡੇ ਘਰ ਇੱਦਾਂ ਚੋਰੀ ਹੋ ਗਈ ਆ। ਉਹਨਾਂ ਨੂੰ ਜਾ ਕੇ ਦੱਸਿਆ ਕਿ ਉਹਨਾਂ ਨੂੰ ਮਤਲਬ ਵੀਡੀਓ ਦਿਖਾਈਆਂ, ਉਹਨਾਂ ਦਾ ਗਾੜੀਓਂ ਆਇਆ ਕਿ ਤੁਸੀਂ ਇਹਨਾਂ ਦੇ ਵੀਡੀਓ ਲਿਆਉਣ ਕੇ ਮਤਲਬ ਇਹਨਾਂ ਦੀ ਜੋ ਵੀ ਕਾਰਵਾਈ ਇਹਨਾਂ ਦਾ ਪਤਾ ਕਰਕੇ ਸਾਨੂੰ ਦੱਸੋ, ਅਤੇ ਅਸੀਂ ਫਿਰ ਇਹਨਾਂ 'ਤੇ ਕਾਰਵਾਈ ਕਰਾਂਗੇ। ਸਮਾਨ ਇੱਕ ਲੈਪਟੋਪ ਸੀ, ਮੋਬਾਈਲ ਦੀ ਬੈਟਰੀ ਸੀ, ਥੋੜ੍ਹਾ ਕੈਸ਼ ਸੀ, ਉਹ ਲੈ ਗਏ ਆ। ਮਤਲਬ ਦੁਕਾਨ ਤੱਕ ਹੀ ਰਹੇ, ਕੋਈ ਘਰ ਤੱਕ ਨਹੀਂ ਗਏ। ਕੋਈ 40-45 ਹਜ਼ਾਰ ਦਾ ਲਾਓ ਤੁਸੀਂ, ਉਹ ਦੇਖੋ ਜੀ ਹੁਣ ਉਹਨਾਂ ਦੀ ਰੁੜੀ ਭਗਤ ਹੋਊਗੀ ਉਹਨਾਂ ਨਾਲ, ਕੀ ਗੱਲਬਾਤ ਹੈ, ਕਿਉਂ ਉਹ ਢਿੱਲ ਪਾਈ ਉਹਨਾਂ ਨੇ, ਯਾਨੀ ਕਿ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਵਾ। ਡੇਲੀ 4-5 ਦਿਨ ਬਾਅਦ ਇੱਥੇ ਵਾਰਦਾਤ ਹੋ ਰਹੀ ਆ। ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਅਜਿਹਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ। ਪੁਲਿਸ ਦੀਆਂ ਗੱਲਾਂ ਤੋਂ ਤਾਂ ਇੰਝ ਲੱਗਦਾ ਹੈ ਕਿ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ, ਕਿਉਂਕਿ ਪੁਲਿਸ ਚੋਰੀ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕਰਦੀ ਨਜ਼ਰ ਆਈ। ਪਿੰਡਾਂ 'ਚ ਵੀ ਸਾਡੀ ਪੁਲਿਸ ਬਹੁਤ ਸਰਗਰਮ ਆ, ਜੇ ਕੋਈ ਇਹੋ ਜਿਹੀ ਸਾਡੇ ਨੋਟ 'ਚ ਆਈ ਗੱਲ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ ਕਾਨੂੰਨ ਮੁਤਾਬਕ। ਸਾਡੇ ਇਲਾਕੇ 'ਚ ਇਹੋ ਜਿਹੀ ਗੱਲ ਮੇਰੇ ਅਜੇ ਤੱਕ ਕੋਈ ਧਿਆਨ 'ਚ ਨਹੀਂ ਆਈ, ਸਾਡੇ ਇਲਾਕੇ 'ਚ, ਮੇਰੇ ਇਲਾਕੇ 'ਚ, ਚੌਂਕੀ ਦੇ ਇਲਾਕੇ 'ਚ, ਚੌਂਕੀ ਹਰਤਵਾਲ ਦੇ ਇਲਾਕੇ 'ਚ ਇਹੋ ਜਿਹੀ ਗੱਲ ਅਜੇ ਤੱਕ ਕੋਈ ਧਿਆਨ 'ਚ ਨਹੀਂ ਆਈ, ਜੇ ਆਈ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਪਹਿਰੇਦਾਰ TV।